ਸਤਿ ਸ੍ਰੀ ਅਕਾਲ ਅੱਜ ਦੀ ਦੋਸਤੋ ਜਿਹੜੀ ਵੀਡੀਓ ਹੈ ਯੂਨੀਵਰਸਲ ਦੇ ਮੁਤਲਕ ਹੈ ਜਿੰਦੇ ਵਿੱਚ ਤੁਸੀਂ ਦੇਖ ਰਹੇ ਜੇ ਯੂਨੀਵਰਸਲ 533 ਟਰੈਕਟਰ ਜਿਹੜਾ ਹੈਗਾ ਐਗਰੀ ਪਲੱਸ 65 ਹਸਪਾਵਰ ਜਿਹੜੀ ਕੰਪਨੀ ਆਲੀ ਕੁਛ ਦੇ ਮਹੀਨੇ ਹੋਏ ਨੇ ਜਿਹੜੇ ਮਾਰਕੀਟ ਚ ਆਈਏ ਟਰੈਕਟਰ ਅੱਛੇ ਨਹੀਂ ਹੈ ਨਹੀਂ ਹੈਗਾ ਬੀ ਇਹਨਾਂ ਦੇ ਟਰੈਕਟਰ ਅੱਛੇ ਨਹੀਂ ਹੈ ਬਸ ਕੁਝ ਗਲਤੀਆਂ ਕੁਝ ਲਾਪਰਵਾਹੀਆਂ ਇਹਨਾਂ ਵਿੱਚ ਵੀ ਆ ਗਈਆਂ ਨੇ ਜਿੰਦੇ ਵਿੱਚ ਇਹਨਾਂ ਦਾ ਪੇਂਟ ਜਿਹੜਾ ਟਰੈਕਟਰ ਦਾ ਉਹ ਠੀਕ ਨਹੀਂ ਹੈਗਾ ਪੇਂਟ ਕੁਆਲਿਟੀ ਅੱਛੀ ਨਹੀਂ ਕੁਝ ਟਰੈਕਟਰ ਦੇ ਵਿੱਚ ਕਮੀਆਂ ਨੇ ਜਿਹੜੀਆਂ ਕੰਪਨੀ ਫਿਲਹਾਲ ਦੂਰ ਨਹੀਂ ਕਰ ਰਹੀ ਤੇ ਕੁਝ ਜ਼ਿੰਮੇਦਾਰਾਂ ਦੇ ਨਾਲ ਸਾਡੀ ਗੱਲਬਾਤ ਹੋਈ ਏ ਉਹਨਾਂ ਦੇ ਜ਼ਿੰਮੇਦਾਰ ਕਹਿ ਰਹੇ ਨੇ ਵੀ ਸਾਨੂੰ ਜਿਹੜੀ ਕੰਪਨੀ ਹੈ ਅਗਰ ਟਰੈਕਟਰ ਦੇ ਵਿੱਚ ਕੋਈ ਮਸਲਾ ਆ ਰਿਹਾ ਹੈ ਤੇ ਉਹ ਸਾਨੂੰ ਕਲੇਮ ਨਹੀਂ ਦੇ ਰਹੀ ਯਾਨੀ ਕਿ ਸਾਨੂੰ ਥੋੜਾ ਜਿਹਾ ਜ਼ਲੀਲ ਕੀਤਾ ਜਾ ਰਿਹਾ ਹੈ ਵਕਤੀ ਤੌਰ ਤੇ ਕਲੇਮ ਨਹੀਂ ਦੇ ਰਹੀ ਵੈਸੇ ਕੰਪਨੀ 18 ਮਹੀਨੇ ਗਾਰੰਟੀ ਦੇ ਰਹੀ ਹੈ ਪਰ ਕੰਪਨੀ ਜ਼ਿੰਮੇਵਾਰਾਂ ਦੀ ਗੱਲ ਨਹੀਂ ਸੁਣਦੀ ਪਈ ਯਾਨੀ ਕਿ ਇਹਦਾ ਮਤਲਬ ਹੈ ਜਿਵੇਂ ਕਿ ਪਹਿਲੇ ਵਾਲੀ ਜਿਹੜੀਆਂ ਕੋਈ ਦੋ ਕੰਪਨੀਆਂ ਨੇ ਉਹਨਾਂ ਦਾ ਕੋਈ ਰਾਹ ਚੱਲ ਰਿਹਾ ਹੈ ਐਵੇਂ ਹੀ ਮਗਰ ਇੱਕ ਕੰਪਨੀ ਯਾਨੀ ਕਿ ਜ਼ਿੰਮੇਵਾਰਾਂ ਨੇ ਕਿਹਾ ਚਲੋ ਕੋਈ ਨਵੀਂ ਕੰਪਨੀ ਆਈ ਹੈ ਇਹ ਸਾਨੂੰ ਸਹਾਰਾ ਹੋਵੇਗਾ ਚਲੋ ਠੀਕ ਹੈ ਬੀ ਟਰੈਕਟਰ ਉਹਨਾਂ ਨਾਲੋਂ ਕੋਈ 5-6 ਲੱਖ ਰੁਪਏ ਸਸਤਾ ਹੈ ਪਰ ਉਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਵੀ ਜ਼ਿੰਮੇਵਾਰਾਂ ਨਾਲ ਆ ਕੇ ਉਹੀ ਸਲੋਕ ਕਰੋ ਜਿਹੜੇ ਕਿ ਪਹਿਲੇ ਕੰਪਨੀ ਕਰਦੀਆਂ ਭੀਨ ਹਾਲਾਂਕਿ ਇਹਦੇ ਮੁਤਾਬਕ ਜਿਹੜੇ ਗਾਜ਼ੀ ਵਾਲੇ ਆ ਗਏ ਨੇ ਗਾਜ਼ੀ ਕੰਪਨੀ ਵਾਲੇ ਉਹਨਾਂ ਦਾ ਕਲੇਮ ਫੇਰ ਵੀ ਠੀਕ ਹੈ ਕਿ ਉਹ ਕਲੇਮ ਫੇਰ ਵੀ ਠੀਕ ਦੇ ਰਹੇ ਨੇ ਯਾਨੀ ਕਿ ਇਹਨਾਂ ਜ਼ਿੰਮੇਦਾਰ ਨੂੰ ਖਰਾਬ ਨਹੀਂ ਕਰਦੇ ਪਰ ਮਿਹਰਬਾਨੀ ਹੈ ਜੀ ਤੁਸੀਂ ਵੀ ਆਪਣਾ ਕੋਈ ਇਸ ਗੱਲ ਤੇ ਅਮਲ ਕਰੋ ਕਿ ਜ਼ਿੰਮੇਦਾਰ ਨੂੰ ਸਹੂਲਤ ਦਿਓ ਤਾਂ ਕਿ ਇੱਕ ਜ਼ਿੰਮੇਦਾਰ ਤੁਹਾਡੇ ਕੋਲ ਆ ਕੇ ਮੈਂ ਜੀ ਟਰੈਕਟਰ ਖਰੀਦੇ ਇਹਦੇ ਵਿੱਚ ਤੋਨੋ ਹੀ ਫਾਇਦਾ ਹੈ ਕਿ ਤੁਹਾਡੀ ਕੰਪਨੀ ਜ਼ਿਆਦਾ ਚੱਲੇਗੀ ਤੁਹਾਡਾ ਨਾਂ ਜ਼ਿਆਦਾ ਬਣੇਗਾ ਟਰੈਕਟਰ ਜ਼ਿਆਦਾ ਮਾਰਕੀਟ 'ਚ ਆਉਣਗੇ ਕਿ ਕੱਚੀ ਨਵੀਂ ਕੰਪਨੀ ਆ ਜੀ ਕਿ ਪਰ ਇਹਦੇ ਮਤਲਬ ਹਰਗੇ ਜੀ ਨਹੀਂ ਹੈਗਾ ਕਿ ਜ਼ਿੰਮੇਦਾਰ ਨੂੰ ਖਰਾਬ ਕੀਤਾ ਜਾਏ ਜ਼ਲੀਲ ਕੀਤਾ ਜਾਏ ਕੋਈ ਐਡਾ ਮੇਨ ਵੱਡਾ ਕੋਈ ਇਸ਼ੂ ਨਹੀਂ ਹੈ ਕੋਈ ਛੋਟੇ ਮੋਟੇ ਕੋ ਕਲੇਮ ਆਏ ਨੇ ਜਿੰਦੇ ਵਿੱਚ ਕੰਪਨੀ ਨੇ ਜ਼ਿੰਮੇਦਾਰਾਂ ਦੀ ਕੋਈ ਗੱਲ ਨਹੀਂ ਸੁਣੀ ਤੇ ਮੈਂ ਕਹਿੰਦਾ ਇੱਕ ਵੀਡੀਓ ਬਣਾ ਕੇ ਤੇ ਇੱਕ ਪੈਗਾਮ ਦੇ ਦਈਏ ਕਿ ਕੰਪਨੀ ਵਾਲੇ ਜਿਹੜੇ ਹੈਗੇ ਨੇ ਇਸ ਗੱਲ ਤੇ ਲਾਜ਼ਮੀ ਅਮਲ ਕਰਨ ਕਿ ਜ਼ਿੰਮੇਦਾਰਾਂ ਨੂੰ ਵਕਤੀ ਤੌਰ ਤੇ ਕਲੇਮ ਦਿੱਤਾ ਜਾਵੇ ਤਾਂ ਕਿ ਜ਼ਿੰਮੇਦਾਰ ਨੂੰ ਮਸਲਾ ਨਾ ਹੋਵੇ ਇਹਦੇ ਜੇ ਗੱਲ ਇਹ ਵੀ ਸਾਬਤ ਹੁੰਦੀ ਹੈ ਵੀ ਅਗਰ ਇਹ ਟਰੈਕਟਰ 5-6 ਲੱਖ ਰੁਪਏ ਦੂਸਰੀ ਕੰਪਨੀ ਨਾਲੋਂ ਸਸਤਾ ਦੇ ਰਹੇ ਨੇ ਸੇਮ ਇੱਕੋ ਹੀ ਸਮਾਨ ਜਿਹੜਾ ਸਮਾਨ ਇਹਨੂੰ ਲੱਗਿਆ ਉਹ ਜੋ ਸਮਾਨ ਦੂਸਰੇ ਕੰਪਨੀਆਂ ਡਾਇਰੈਕਟਰ ਨੂੰ ਲੱਗਿਆ ਹੋਇਆ ਹੈ ਤੇ ਫਿਰ ਇੰਨਾ ਜ਼ਿਆਦਾ ਪੈਸਾ ਵਿੱਚ ਫਰਕ ਕਿਉਂ ਇਹਦਾ ਮਤਲਬ ਵੀ ਉਹ ਕੰਪਨੀ ਵਾਲੇ ਡਾਇਰੈਕਟਰ ਫਿਰ ਜਾਣ ਕੇ ਜ਼ਿਆਦਾ ਮਹਿੰਗਾ ਦੇ ਰਹੇ ਨੇ ਜ਼ਿਆਦਾ ਮੁਨਾਫਾ ਲੈ ਰਹੇ ਨੇ ਯਾਨੀ ਕਿ ਕਿਸਾਨ ਨੂੰ ਲੁੱਟ ਰਹੇ ਨੇ ਇਹਦੇ ਵਿੱਚ ਸਾਡਾ ਜ਼ਿੰਮੇਵਾਰਾਂ ਦਾ ਵੀ ਥੋੜਾ ਜਿਹਾ ਸਾਥੀ ਖੁਦ ਜਿਹੜਾ ਹੈ ਨਾ ਅਸੀਂ ਇਸ ਕੰਮ 'ਚ ਬਸ ਆਈ ਯਾਨੀ ਕਿ ਅਸੀਂ ਫਿਲਹਾਲ ਕਿਸੇ ਕੰਪਨੀ ਦਾ ਬਾਈਕਾਟ ਨਹੀਂ ਕਰ ਰਹੇ ਸਾਨੂੰ ਚਾਹੀਦਾ ਕੁ 4-5 ਮਹੀਨੇ ਕਿਸੇ ਕੰਪਨੀ ਦਾ ਬਾਈਕਾਟ ਕਰ ਦੇਣਾ ਚਾਹੀਦਾ ਮੈਂ ਕਹਾਂ ਜੀ ਇੱਕ ਵੀਡੀਓ ਬਣਾ ਕੇ ਆਦ ਵੀਰ ਪ੍ਰਮਾਣ ਨਾਲ ਗੱਲਬਾਤ ਸ਼ੇਅਰ ਕਰ ਲਈਏ ਤਾਂ ਮਜ਼ੀਦ ਜਿਹੜਾ ਹੈ ਕੰਪਨੀਆਂ ਨਾਲੋਂ ਇਸ ਗੱਲ ਸੁਣਨਾ ਚਾਹੀਦਾ ਕਿ ਜਿਹੜੇ ਕੋ ਛੋਟੇ ਮੋਟੇ ਕਲੇਮ ਆ ਰਹੇ ਨੇ ਉਹਨਾਂ ਨੂੰ ਠੀਕ ਕਰੋ ਪੇਂਟ ਕੁਆਲਿਟੀ ਠੀਕ ਕਰੋ ਤੇ ਆਪ ਦਾ ਜ਼ਿੰਮੇਵਾਰ ਨੂੰ ਕਲੇਮ ਦਿਓ ਨਾ ਕਿ ਉਹਨਾਂ ਨੂੰ ਜ਼ਲੀਲ ਕਰੋ ਠੀਕ ਹੈ ਇਨਸ਼ਾਅੱਲਾ ਅਸੀਂ ਦੁਬਾਰਾ ਫੇਰ ਆਜ਼ਰ ਹੋਵਾਂਗੇ ਤੇ ਗੱਲਬਾਤ ਕਰਦੇ ਰਹਾਂਗੇ ਠੀਕ ਹੈ ਜੀ ਇਹਦੇ ਨਾਲ ਹੀ ਸਾਨੂੰ ਇਜਾਜ਼ਤ ਦਿਓ ਓਕੇ ਜੀ ਅੱਲਾਹ ਹਾਫਿਜ਼